ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਡੇਰਾ ਬਾਬਾ ਨਾਨਕ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਵੀ ਲਿਆ ਤੇ ਸੰਤ ਸਮਾਜ ਨੇ ਵੀ ਹਿੱਸਾ ਲਿਆ। ਇਸ ਤਰ੍ਹਾਂ ਸਾਡੇ ਨਾਲ ਜੁੜੇ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਗੱਲ ਕਰਾਂਗੇ ਉਹਨਾਂ ਨਾਲ। ਬਾਬਾ ਜੀ, ਇਸ ਪਾਵਨ ਦਿਹਾੜੇ ਤੇ ਸਮੂਹ ਸਾਧ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਡੇਰਾ ਬਾਬਾ ਨਾਨਕ ਤੋਂ ਸੰਸਾਰ ਭਰ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀਆਂ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਆਓ, ਗੁਰੂ ਨਾਨਕ ਸਾਹਿਬ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਸਰਬ ਸਾਂਝੀ ਵਾਲਤਾ ਦਾ, ਸਰਬੱਤ ਦੇ ਭਲੇ ਦਾ, ਅੱਜ ਸਾਨੂੰ ਸਾਰਿਆਂ ਨੂੰ ਕੀ ਭਾਰਤ, ਕੀ ਪਾਕਿਸਤਾਨ, ਕੀ ਹੋਰ ਅਰਬ ਕੰਟਰੀਆਂ, ਫੋਰਨ ਕੰਟਰੀਆਂ, ਯੂਰਪ ਕੰਟਰੀਆਂ ਜੋ ਵੀ ਨੇ, ਗਲਫ ਕੰਟਰੀਆਂ, ਸਾਰੇ ਰਲ ਮਿਲ ਕੇ ਜਿੰਨੀ ਵੀ ਲੋਕਾਈ ਸੰਸਾਰ 'ਤੇ ਵੱਸਦੀ ਹੈ, ਅਸੀਂ ਭਾਈਚਾਰਾ, ਪਿਆਰ, ਇਤਫਾਕ ਕਾਇਮ ਕਰੀਏ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ, ਜਿਹੜਾ ਸੰਦੇਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਉਹਨੂੰ ਘਰ ਘਰ ਲੈ ਕੇ ਜਾਈਏ, ਮੈਂ ਇਹੀ ਬੇਨਤੀ ਕਰਨੀ ਚਾਹੁੰਦਾ। ਬਾਬਾ ਜੀ, ਰਾਜਨੀਤਿਕ ਗਲਿਆਰਿਆਂ ਵਿੱਚ ਕ੍ਰੈਡਿਟ ਲੈਣ ਵਾਸਤੇ ਜਿਹੜੇ ਅਲੱਗ ਅਲੱਗ ਪਾਰਟੀਆਂ ਨੇ ਉਹ ਕਹਿ ਰਹੀਆਂ ਕਿ ਸਾਡੀ ਵਜ੍ਹਾ ਨਾਲ ਜਾਂ ਸਾਡੀ ਵਜ੍ਹਾ ਨਾਲ, ਤੁਸੀਂ ਕੀ ਮੰਨਦੇ ਹੋ ਕਿ ਕਿਹਦੀ ਵਜ੍ਹਾ ਨਾਲ ਕਰਤਾਰਪੁਰ ਲਾਂਘਾ ਖੁੱਲ੍ਹੇ? ਦੇਖੋ, ਸਰਦਾਰ ਮਨਜੀਤ ਸਿੰਘ ਭੂਮਾ ਮੇਰੇ ਨਾਲ ਖੜ੍ਹੇ ਨੇ, ਪ੍ਰਧਾਨ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਸਰਦਾਰ ਸਰਬਜੀਤ ਸਿੰਘ ਜੰਮੂ ਖੜ੍ਹੇ ਨੇ, ਜਿਹੜੇ ਬੜੇ ਰੋਸ਼ਨ ਦਿਮਾਗ ਨੇ, ਸਿਆਣੇ ਪੁਰਖ ਹੈ, ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਕ੍ਰੈਡਿਟ ਵਾਰਡ ਚੱਲ ਰਹੀ ਹੈ, ਕੇਵਲ ਸਿਆਸੀ ਲੋਕ ਆਪਣੀ ਪਿੱਠ ਥਾਪੜ ਰਹੇ ਆ, ਇਹਦਾ ਸਾਰਿਆਂ ਤੋਂ ਵੱਡਾ ਕ੍ਰੈਡਿਟ ਤਾਂ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹੀ ਭੇਟ ਕਰਦਾ ਕਿ ਗੁਰੂ ਨਾਨਕ ਦੀ ਕਿਰਪਾ ਹੋਈ ਆ, ਉਹਨਾਂ ਨੇ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਉਹਨਾਂ ਦੀ ਦੋਸਤੀ ਜਿਹੜੀ ਆ, ਲੱਖਾਂ ਕਰੋੜਾਂ ਸੰਗਤਾਂ ਦੀਆਂ ਅਰਦਾਸਾਂ ਨੇ, ਫਿਰ ਨਰਿੰਦਰ ਮੋਦੀ ਭਾਰਤ ਦਾ ਪ੍ਰਧਾਨ ਮੰਤਰੀ ਜੋ, ਜਿਨ੍ਹਾਂ ਨੇ ਹਾਂ ਭਰੀ ਅਤੇ ਕਰਤਾਰਪੁਰ ਲਾਂਘੇ 'ਤੇ ਜਿਹੜਾ ਅਸੀਂ ਦਿਨ ਰਾਤ ਕੰਮ ਹੋਇਆ, ਮੈਂ ਇਹਨਾਂ ਸਾਰਿਆਂ ਨੂੰ ਜਿੱਥੇ ਵਧਾਈ ਦਿੰਦਾ, ਉੱਥੇ ਦਰਸ਼ਨ ਭਲਾਸੀ ਸੰਸਥਾ ਜਿਹੜੀ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਵਡਾਲਾ, ਜਿਹੜੇ ਹਰ ਮੱਸਿਆ ਇੱਥੇ ਆ ਕੇ ਅਰਦਾਸ ਕਰਦੇ ਸੀਗੇ ਸੰਗਤਾਂ ਸਮੇਤ, ਅੱਜ ਉਹਨਾਂ ਦੇ ਜਿਹੜੇ ਜਨਰਲ ਸਕੱਤਰ ਸਰਦਾਰ ਗੁਰਿੰਦਰ ਸਿੰਘ ਬਾਜਵਾ, ਉਹਨਾਂ ਨੂੰ ਇੱਥੇ ਸਨਮਾਨਿਤ ਵੀ ਕੀਤਾ ਸਟੇਜ ਦੇ ਉੱਤੋਂ ਅਸੀਂ, ਇਹ ਜਿਹੜਾ ਸਾਡਾ ਕ੍ਰੈਡਿਟ ਆ ਇਹਨਾਂ ਸਾਰਿਆਂ ਨੂੰ ਹੀ, ਅਤੇ ਜਿਨ੍ਹਾਂ ਨੇ ਦਿਨ ਰਾਤ ਤਨ ਮਨ ਧਨ ਨਾਲ ਇੱਥੇ ਸੇਵਾ ਕੀਤੀ, ਮੈਂ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹੁੰਦਾ। ਉਹ ਲੋਕ ਕ੍ਰੈਡਿਟ ਲੈਣ ਦਾ ਜਿਹੜਾ ਹੈਗਾ ਯਤਨ ਨਾ ਕਰਨ, ਜਿਨ੍ਹਾਂ ਨੇ ਇੱਥੇ ਸਰਦਾਰ ਕੁਲਦੀਪ ਸਿੰਘ ਵਡਾਲਾ ਨੂੰ, ਜਦੋਂ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਅਤੇ ਕੁਲਦੀਪ ਸਿੰਘ ਵਡਾਲਾ ਨੂੰ ਇੱਕ ਕਮਰੇ 'ਚ ਨਜ਼ਰਬੰਦ ਕਰ ਦਿੱਤਾ ਸੀ ਕਿ ਉਹ ਕਿਤੇ ਪ੍ਰਧਾਨ ਮੰਤਰੀ ਦੇ ਕੋਲ ਜਾ ਕੇ ਕਰਤਾਰਪੁਰ ਲਾਂਘੇ ਦੀ ਗੱਲ ਨਾ ਕਰ ਦੇਣ, ਸੋ ਅੱਜ ਉਹ ਵੀ ਕ੍ਰੈਡਿਟ ਲੈਣ ਦੀਆਂ ਗੱਲਾਂ ਕਰ ਰਹੇ ਆ। ਪਰ ਮੈਂ ਸਮਝਦਾ ਕਿ ਅੱਜ ਉਹਨਾਂ ਦਾ ਕੋਈ ਹੱਕ ਨਹੀਂ ਹੈ, ਭਾਵੇਂ ਉਹ ਅੱਜ ਤਾਕਤ ਪੈਸੇ ਦੇ ਜ਼ੋਰ ਨਾਲ ਜਿੰਨਾ ਮਰਜ਼ੀ ਕਰਨ, ਪਰ ਇਹ ਦਰਸ਼ਨ ਭਲਾਸੀ ਸੰਸਥਾ, ਇਮਰਾਨ ਖਾਨ, ਨਵਜੋਤ ਸਿੱਧੂ ਦੀ ਦੋਸਤੀ, ਕਰੋੜਾਂ ਸੰਗਤਾਂ ਦੀਆਂ ਅਰਦਾਸਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਗੁਰੂ ਨਾਨਕ ਦੀ ਕਿਰਪਾ ਨਾਲ ਕ੍ਰੈਡਿਟ ਜਿਹੜਾ ਜਾਂਦਾ ਵਾ। ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਜਿਹੜੀਆਂ ਸੰਗਤਾਂ ਨੇ, ਜਿਹੜੇ ਸ਼ਰਧਾਲੂ ਨੇ, ਉਹਨਾਂ ਨੂੰ ਅਜੇ ਵੀ ਕਿਤੇ ਨਾ ਕਿਤੇ ਕਾਗਜ਼ੀ ਕਾਰਵਾਈ ਦੀਆਂ ਜਿਹੜੀਆਂ ਅੜਚਣਾਂ ਪੈਦਾ ਹੋ ਰਹੀਆਂ, ਉਹਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ, ਪਰੇਸ਼ਾਨ ਹੋ ਰਹੇ ਨੇ, ਕੀ ਕਹਿਣਾ ਤੁਹਾਡਾ? ਮੈਂ ਇਸ ਬਾਰੇ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਬੜੀ ਜਲਦੀ ਨਾਲ ਹੋਇਆ, ਜਿਹੜਾ ਸਾਲਾਂ ਦਾ ਕੰਮ ਸੀ ਉਹ ਮਹੀਨਿਆਂ ਅਤੇ ਮਹੀਨਿਆਂ ਦਾ ਕੰਮ ਦਿਨਾਂ 'ਚ ਹੋਇਆ, ਸੋ ਇਸ ਕਰਕੇ ਮੈਂ ਸਮਝਦਾ ਭਾਵੇਂ ਸਰਕਾਰਾਂ ਨੇ ਦੋਨੇ ਪਾਸੇ, ਪਰ ਬਹੁਤ ਸਾਰੀਆਂ ਜਿਹੜੀਆਂ ਅੜਚਣਾਂ ਨੇ ਉਹ ਸਮੇਂ ਦੇ ਨਾਲ ਹੀ ਹੱਲ ਹੁੰਦੀਆਂ ਨੇ। ਅੱਜ ਜਿਹੜੀਆਂ ਕਰਤਾਰਪੁਰ ਸਾਹਿਬ ਲਾਂਘੇ 'ਤੇ ਮੁਸ਼ਕਲਾਂ ਸੰਗਤਾਂ ਨੂੰ ਆ ਰਹੀਆਂ, ਮੈਂ ਸਮਝਦਾ ਵੀ ਹੁਣ ਆਉਣ ਵਾਲੇ 10-20 ਦਿਨਾਂ ਦੇ ਵਿੱਚ ਤਕਰੀਬਨ, ਕਿਉਂਕਿ ਸਾਰੀਆਂ ਸੰਗਤਾਂ ਦਾ ਧਿਆਨ ਗੁਰਪੁਰਬ ਮਨਾਉਣ 'ਤੇ ਸੀ, ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਲੱਖਾਂ ਸੰਗਤਾਂ ਦਾ ਇਕੱਠ ਆ, ਇੱਥੇ ਡੇਰਾ ਬਾਬਾ ਨਾਨਕ ਇਕੱਠ ਆ, ਕਰਤਾਰਪੁਰ ਲਾਂਘੇ 'ਤੇ ਇਕੱਠ ਆ, ਤਾਂ ਆਉਣ ਵਾਲੇ ਦਿਨਾਂ ਦੇ ਅੰਦਰ ਅੱਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਅੱਜ 12 ਨਵੰਬਰ 2019 ਆ, ਅੱਜ ਕਰਤਾਰਪੁਰ ਆਪਣਾ ਹਰ ਜਗ੍ਹਾ 'ਤੇ ਪ੍ਰਕਾਸ਼ਪੁਰਬ ਮਨਾਇਆ ਗਿਆ। ਆਉਣ ਵਾਲੇ ਦਿਨਾਂ ਦੇ ਅੰਦਰ ਮੈਂ ਸਮਝਦਾ ਵੀ ਇਹ ਜਿਹੜੀਆਂ ਸਰਕਾਰੀ ਅੜਚਣਾਂ ਨੇ, ਚਾਹੇ ਉਹ ਭਾਰਤ ਵੱਲੋਂ ਚਾਹੇ ਪਾਕਿਸਤਾਨ ਵੱਲੋਂ, ਜਿਹੜੀਆਂ ਪੈਦਾ ਆ ਰਹੀਆਂ ਨੇ ਸਮੇਂ ਦੀ ਕਮੀ ਕਰਕੇ, ਕਿਉਂਕਿ ਮੈਨੂੰ ਲੱਗਦਾ ਹੁਣ ਕਿਸੇ ਦੀ ਨੀਅਤ ਦੇ ਵਿੱਚ ਕੋਈ ਕਮੀ ਨਹੀਂ ਆ, ਸਾਫ਼ ਨੀਅਤ ਆ ਦੋਨਾਂ ਦੇਸ਼ਾਂ ਦੀ, ਦੋਨਾਂ ਸਰਕਾਰਾਂ ਦੀ, ਤਾਂ ਸਮੇਂ ਦੀ ਕਮੀ ਕਰਕੇ ਜਿਹੜੀਆਂ ਅੜਚਣਾਂ ਆ ਰਹੀਆਂ ਨੇ ਆਉਣ ਵਾਲੇ 10-20 ਦਿਨਾਂ 'ਚ ਮੈਨੂੰ ਲੱਗਦਾ ਇਹ ਦੂਰ ਹੋ ਜਾਣਗੀਆਂ ਅਤੇ ਸੰਗਤਾਂ ਖੁੱਲ੍ਹੇ ਦਰਸ਼ਨ ਦਿਦਾਰੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਕਰਨਗੀਆਂ। ਧੰਨਵਾਦ ਜੀ। ਧੰਨਵਾਦ ਜੀ। ਅਤੇ ਇਹ ਸਨ ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਦਾ ਕਹਿਣਾ ਹੈ ਕਿ ਅੜਚਣਾਂ ਜਿਹੜੀਆਂ ਉਹ ਹੌਲੀ ਹੌਲੀ ਦੂਰ ਹੋ ਜਾਣਗੀਆਂ, ਕਿਉਂਕਿ ਕੰਮ ਜਿਹੜਾ ਆ ਬਹੁਤ ਜਲਦੀ ਨਾਲ ਕੀਤਾ ਗਿਆ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਰਾ, ਦੈਨਿਕ ਸਵੇਰਾ ਟੀਵੀ, ਡੇਰਾ ਬਾਬਾ ਨਾਨਕ।